ਸਤਿ ਸ਼੍ਰੀ ਅਕਾਲ ਜੀ। ਅੱਜ 8 ਨਵੰਬਰ ਹੈ, ਮੇਰਾ ਖਿਆਲ ਹੈ ਮੇਰੇ ਵਾਂਗੂ ਤੁਸੀਂ ਵੀ ਨਹੀਂ ਭੁੱਲੇ ਹੋਣੇ। 8 ਨਵੰਬਰ 2016, ਅੱਜ ਪੂਰਾ ਸਾਲ ਹੋ ਚੁੱਕਿਆ ਨੋਟਬੰਦੀ ਨੂੰ। 500 ਅਤੇ 1000 ਦੇ ਨੋਟਾਂ ਦੀ ਬਰਸੀ ਮਨਾਉਂਦੇ ਹਾਂ ਆਪਾਂ, ਲੋਕਾਂ ਦੇ ਵਿੱਚ ਚੱਲਦੇ ਹਾਂ ਅਤੇ ਉਹਨਾਂ ਤੋਂ ਜਾਣਦੇ ਹਾਂ ਕਿ ਨੋਟਬੰਦੀ ਦਾ ਉਹਨਾਂ ਨੂੰ ਕੀ ਫਾਇਦਾ ਹੋਇਆ ਅਤੇ ਕੀ ਨੁਕਸਾਨ। ਆ ਜੋ ਲੋਕਾਂ ਕੋਲ ਚੱਲਦੇ ਹਾਂ ਅਤੇ ਉਹਨਾਂ ਤੋਂ ਉਹਨਾਂ ਦੀ ਰਾਏ। ਅੱਛਾ ਵੀਰੇ, ਸਾਲ ਹੋ ਗਿਆ ਨੋਟਬੰਦੀ ਨੂੰ, ਇਹਦੇ ਕੀ ਫਾਇਦੇ ਅਤੇ ਕੀ ਨੁਕਸਾਨ ਹੋਇਆ ਤੁਹਾਨੂੰ? ਇਹ ਦੇਖਣ 'ਚ ਜਿਵੇਂ ਲੱਗਦਾ ਜੀ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਨੁਕਸਾਨ ਹੋਏ ਨੇ, ਜ਼ਿਆਦਾ ਵੱਡੇ ਲੋਕਾਂ ਦੇ ਕੋਈ ਨੁਕਸਾਨ ਨਹੀਂ ਹੋਏ। 1000 ਦੇ ਨੋਟ ਬੰਦੇ ਨੂੰ ਤੁਹਾਡਾ ਇਸ ਬਾਰੇ ਕੀ ਕਹਿਣਾ ਕਿ ਜਿਹੜਾ ਸਰਕਾਰ ਦਾ ਇਹ ਫੈਸਲਾ ਸੀ ਕਿ ਉਹ ਬਿਲਕੁਲ ਸਹੀ ਸੀ? ਦੇਖੋ ਜੀ, ਸਾਡੇ ਵਾਸਤੇ ਤਾਂ ਫੈਸਲਾ ਮਤਲਬ ਕਿ ਬੜਾ ਹੀ ਸਾਡੇ ਲਈ ਤਾਂ ਵਿਰੋਧੀ ਸੀਗਾ, ਸਾਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਫਾਇਦਾ ਜਿੱਥੇ ਤੱਕ ਮੈਨੂੰ ਲੱਗਦਾ ਕਿ ਸਾਨੂੰ ਹਜੇ ਤੱਕ ਤਾਂ ਕੋਈ ਨਹੀਂ ਹੋਇਆ। ਇਹ ਫੈਸਲਾ ਆਮ ਲੋਕਾਂ ਦੇ ਤਾਂ ਹਿੱਤ 'ਚ ਹੀ ਹੈ, ਪਰ ਕੁਛ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਜਿਹੜੇ ਵੱਡੇ ਧਨਾੜ ਹੁੰਦੇ ਨੇ ਜਾਂ ਹੋਰ ਨੇ, ਹੋ ਸਕਦਾ ਉਹ ਪਹਿਲਾਂ ਹੀ ਇਹਨੂੰ ਕਰ ਗਏ ਹੋਣ। ਇੱਕ ਸਾਲ ਹੋ ਗਿਆ ਨੋਟਬੰਦੀ ਕੋ, ਉਸਕਾ ਕਿਆ ਫਾਇਦਾ ਹੋਇਆ ਔਰ ਕਿਆ ਨੁਕਸਾਨ ਹੈ ਆਪਕੋ? ਦੇਖੋ, ਫਾਇਦਾ ਨੁਕਸਾਨ ਤੋਂ ਅਭੀ ਹਮਾਰੇ ਲਈ ਤਾਂ ਇੱਦਾਂ ਤੋਂ ਹੈ ਨਹੀਂ ਹੈ, ਕਿਉਂਕਿ ਪਹਿਲੇ ਹਮਾਰੇ ਲਈ ਆਪ ਥੋੜ੍ਹਾ ਅਬ ਲੱਗ ਰਿਹਾ ਕਿ ਅਬ ਥੋੜ੍ਹਾ ਸਟੇਬਲ ਹੈ ਕੰਪੇਅਰ ਟੂ ਉਸ ਟਾਈਮ ਕੇ ਅਕੋਰਡਿੰਗ। ਠੀਕ ਹੈ, ਅਬ ਕਿਆ ਕਿ ਹਾਂ ਫਾਇਦਾ ਇਹ ਹੋਇਆ ਕਿ ਉਸ ਟਾਈਮ ਕੈਸ਼ ਜ਼ਿਆਦਾ ਜੇਬ ਮੇਂ ਰਹਿਤਾ ਥਾ, ਅਬ ਕੈਸ਼ ਜ਼ਿਆਦਾ ਬੈਂਕ ਮੇਂ ਰਹਿਤਾ ਤਾਂ ਖਰਚਾ ਕਮ ਹੋਤਾ ਹੈ, ਨਾਓ ਟੋਟਲੀ ਅਬ ਸਟੇਬਲ ਹੈ। ਇਸ ਦੇ ਜਿਹੜੇ ਫਾਇਦੇ ਤਾਂ ਹੌਲੀ ਹੌਲੀ ਬਾਹਰ ਆ ਰਹੇ ਨੇ। ਪਹਿਲਾਂ ਤੋਂ ਖੈਰ ਸ਼ੁਰੂ ਸ਼ੁਰੂ ਤੋਂ ਪਰੇਸ਼ਾਨੀ ਹੋਈ ਬੜੀ ਲੋਕਾਂ ਨੂੰ, ਕਿਉਂਕਿ ਬੈਂਕ 'ਚ ਨੋਟ ਬਦਲਵਾ ਕਦੇ। ਵੈਸੇ ਤਾਂ ਜ਼ਿਆਦਾ ਲੋਕਾਂ ਨੇ ਇਸ ਚੀਜ਼ ਨੂੰ ਲਾਈਕ ਕੀਤਾ ਹੈ, ਕੁਛ ਲੋਕਾਂ ਨੇ ਕਿਹਾ ਕਿ ਇਹ ਠੀਕ ਨਹੀਂ ਹੈ, ਲੇਕਿਨ ਮਜੋਰਟੀ ਜਿਹੜੀ ਸੀ ਬੰਦੇ ਦੀ ਉਹਨਾਂ ਨੇ ਤਾਂ ਕਿਹਾ ਵੀ ਠੀਕ ਹੈ, ਵੀ ਜਿਹੜੀ ਇਕਨੋਮੀ ਦੇਸ਼ ਦੀ ਚੇਂਜ ਹੋਏਗੀ। ਸਰਕਾਰ ਸਫਲ ਹੋਈ ਹੈ ਜਾਂ ਨਹੀਂ ਨੋਟਬੰਦੀ ਕਰਕੇ? ਨਹੀਂ ਹੋਈ। ਤੁਸੀਂ ਕੀ ਕਹਿਣਾ ਇਹਦੇ ਬਾਰੇ? ਮੈਂ ਵੀ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਰਕਾਰ ਬਿਲਕੁਲ ਸਫਲ ਨਹੀਂ ਹੋਈ, ਕਿਉਂਕਿ ਜੋ ਅਮੀਰ ਲੋਕ ਨੇ ਜਦੋਂ ਨੋਟਬੰਦੀ ਹੋਈ ਸੀ ਉਹਨਾਂ ਨੂੰ ਤਾਂ ਫਾਇਦਾ ਹੋ ਗਿਆ, ਕਿਉਂਕਿ ਉਹਨਾਂ ਕੋਲ ਤਾਂ ਆਲਰੇਡੀ ਪੈਸਾ ਹੈਗਾ ਸੀ। ਜੋ ਮਿਡਲ ਕਲਾਸ ਸੀ ਔਰ ਜੋ ਗਰੀਬ ਲੋਕ ਸੀ ਨਾ, ਉਹਨਾਂ ਨੂੰ ਨੁਕਸਾਨ ਹੋਇਆ। ਉਹ ਘੰਟੇ ਘੰਟੇ ਲਾਈਨਾਂ 'ਚ ਖੜ੍ਹੇ ਰਹਿੰਦੇ ਸੀ ਅਤੇ ਉਹਨਾਂ ਨੂੰ ਪੈਸੇ ਕਢਾਉਣ ਤੋਂ ਮੁਸ਼ਕਿਲ ਆ। ਯਾਰ ਵੱਡੇ ਭਰਾ ਨੇ ਸਾਰਾ ਕੁਝ ਕਹਿਤੇ ਆ, ਬਾਕੀ ਯਾਰ ਜੇ ਉਹਨਾਂ ਨੂੰ ਇੰਨਾ ਜਦੋਂ ਨੋਟਬੰਦੀ ਕਰਨੀ ਸੀ ਤਾਂ ਉਹਨਾਂ ਨੂੰ ਪਹਿਲਾਂ ਨੋਟ ਛਾਪਣੇ ਚਾਹੀਦੇ ਤੇ, ਅਤੇ ਸਾਰਾ ਪ੍ਰੋਗਰਾਮ ਉਹਨਾਂ ਨੂੰ ਪਹਿਲਾਂ ਤੋਂ ਲਿਖਣਾ ਚਾਹੀਦਾ ਤਾ, ਐਨ ਪੂਰਾ ਪ੍ਰੈਕਟੀਕਲੀ ਵਰਕ ਵੀ ਕਿੱਦਾਂ ਕਰਨਾ, ਸਾਰਾ ਕੁਝ ਉੱਦਾਂ ਕਰਨਾ ਚਾਹੀਦਾ ਤਾ। ਉਹ ਸਰਕਾਰ ਕਾ ਜੋ ਮਕਸਦ ਥਾ ਇਸਕੇ ਪੀਛੇ ਹੈ, ਕਿਆ ਉਸਮੇ ਵੋ ਕਾਮਯਾਬ ਹੋਏ ਸਰਕਾਰ ਜੀ ਨੇ? ਠੀਕ, ਕਾਮਯਾਬ ਹੋਏ। ਅੱਛਾ, ਤੋ ਅਗਰ ਆਪਕੋ ਅੱਜ ਖਬਰ ਮਿਲਤੀ ਹੈ ਕਿ ਜੋ 500 ਔਰ 2000 ਕਾ ਨੋਟ ਹੈ ਵੋ ਬੰਦ ਹੋ ਗਿਆ, ਤੋ ਆਪਕਾ ਕਿਆ ਰਿਐਕਸ਼ਨ? ਕੁਛ ਨਹੀਂ ਹੋਗਾ। ਚਲੋ ਠੀਕ ਹੈ ਸਾਰਾ, ਬਟ ਇਹ ਵੀ ਜਿਸ ਸਪਿਰਿਟ ਕਰ ਲਈ ਇਹ ਕੀਤਾ ਸੀਗਾ ਉਹ ਐਕਚੀਵ ਨਹੀਂ ਹੋਇਆ ਹਲੇ, ਉਹ ਹੋਣਾ ਚਾਹੀਦਾ। ਚਲੋ ਐਫਰਟ ਤਾਂ ਬਹੁਤ ਅੱਛਾ ਸੀ ਅਤੇ ਜ਼ਿਆਦਾ ਲਈ ਕੀਤਾ ਗਿਆ, ਉਹਦੇ ਲਈ ਫਰੂਟਫੁੱਲ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ ਹੀ ਸੀਗਾ, ਹੋਣਾ ਵੀ ਚਾਹੀਦਾ ਅੱਗੇ ਵਾਸਤੇ। ਨੋਟਬੰਦੀ ਸੇ ਕਿਤਨਾ ਕਾਲਾ ਧਨ ਵਾਪਸ ਆਇਆ ਨਹੀਂ ਆਇਆ, ਇਹ ਤੋ ਅਭੀ ਟਾਈਮ ਇਟਸ ਟੇਕ ਟਾਈਮ ਕੀ ਸਾਰਾ ਜੋ ਕੈਲਕੂਲੇਸ਼ਨ ਹੈ ਅਬ ਕਿਤਨੀ 150 ਸਾਹਮਣੇ ਆਈ ਨਹੀਂ ਰਹੀ, ਕਿਉਂਕਿ ਸਿਰਫ ਵੀ ਦਿਖਾ ਰਹੇ ਕਿ ਹਾਂ ਨੋਟਬੰਦੀ ਬੰਦ ਕਰ ਦਿਆ, ਯੇ ਹੋਗਾ ਵੋ ਹੋਗਾ, ਬਟ ਇਹ ਚੀਜ਼ ਤੋਂ ਹਮੇ ਕਲੀਅਰ ਆਊਟ ਕਰੀ ਨਹੀਂ ਕਿ ਕਿਤਾ ਪੈਸਾ ਵਾਪਿਸ ਆਇਆ। ਨੋਟਬੰਦੀ ਨੂੰ ਦਿੱਕਤ ਵੀ ਆਈ ਹੈ ਜੀ, ਕਾਫੀ ਲਾਈਨਾਂ 'ਚ ਲੱਗਣਾ ਪਿਆ, ਹੋਰ ਕਿਸੇ ਕੋਲ ਆਸੇ ਪਾਸੇ ਤੋਂ ਕੋਈ ਹੀਲਾ ਕਰਨਾ ਪਿਆ। ਚਲੋ ਇਹਦੀ ਜੋ ਭਾਵਨਾ ਸੀ ਸਰਕਾਰ ਦੀ ਉਹ ਤਾਂ ਅੱਛੀ ਸੀ, ਲੇਕਿਨ ਇਹਦੇ ਤੋਂ ਇਹ ਜੋ ਲੋਕਾਂ ਨੂੰ ਜੋ ਉਮੀਦ ਸੀ ਕਰਪਸ਼ਨ ਵਾਲਾ ਕਾਲਾ ਬਲੈਕ ਮਨੀ ਨਿਕਲੇਗਾ ਉਹਦੇ ਨਾਲ ਲੋਕਾਂ ਨੂੰ ਕੋਈ ਫਾਇਦਾ ਹੋਏਗਾ, ਉਹ ਕੋਈ ਨਜ਼ਰ ਨਹੀਂ ਆ ਰਿਹਾ। ਮਹਿੰਗਾਈ ਉਸ ਤਰ੍ਹਾਂ ਹੀ ਵਧੀਆ, ਕੋਈ ਤਾਂ ਆਮ ਆਦਮੀ ਨੂੰ ਕੋਈ ਫਾਇਦਾ ਨਹੀਂ ਹੋਇਆ। ਅੱਛਾ ਜੀ, ਆਮ ਆਦਮੀ ਨੂੰ ਇਹਦਾ ਮਤਲਬ ਕੋਈ ਫਾਇਦਾ ਨਹੀਂ ਹੋਇਆ ਹਾਲੇ? ਜਿਹੜੇ ਰਿਜ਼ਲਟਸ ਲਈ ਜਿਵੇਂ ਸਰਕਾਰ ਨੇ ਭਾਵਨਾ ਪ੍ਰਗਟ ਕੀਤੀ ਸੀ ਉਹ ਰਿਜ਼ਲਟਸ ਤਾਂ ਹਾਲੇ ਦੇਖੇ ਨਹੀਂ ਕੋਈ ਵੀ, ਹੈ ਨਾ ਜੀ, ਆਪਾਂ ਸਾਰੇ ਜਾਣਦੇ ਹਾਂ, ਹੈ ਨਾ ਜੀ, ਬਟ ਹੋਣਾ ਚਾਹੀਦਾ, ਰਿਜ਼ਲਟਸ ਆਉਣੇ ਚਾਹੀਦੇ ਨੇ, ਜਨਤਾ ਦੇ ਹਿੱਤ ਲਈ ਜੋ ਵੀ ਸੀਗਾ ਭਾਵਨਾ ਉਹ ਪੂਰੀ ਹੋਣੀ ਚਾਹੀਦੀ।